ਕਹਿੰਦੇ ਨੇ ਜੇ ਸਰਕਾਰੋਂ ਤੇਲ ਮਿਲੇ ਤਾਂ ਜੁੱਤੀ ਚ ਪਵਾ ਲੈਣਾ ਚਾਹੀਦਾ ਹੈ ਤੇ ਦੂਜਾ ਖਾਨ ਇਹ ਹੈ ਕਿ ਜਾਂਦੇ ਚੋਰ ਦੀ ਲੰਗੋਟੀ ਸਹੀ ਦੋਸਤੋ ਇਹ ਦੋ ਅਖਾਨ ਸਾਡੀ ਜ਼ਿੰਦਗੀ ਦੇ ਵਿੱਚ ਇੰਨੇ ਗਹਿਰੇ ਉਤਰ ਗਏ ਆ ਸਾਡੀ ਤੋਰ ਹੀ ਜ਼ਿੰਦਗੀ ਨੂੰ ਇਹਨਾਂ ਨੇ ਇੰਨਾ ਪ੍ਰਭਾਵਿਤ ਕਰ ਰੱਖਿਆ ਹੈ ਕਿ ਅਸੀਂ ਹਰ ਗੱਲ ਦੇ ਵਿੱਚ ਇਸਤੇਮਾਲ ਕਰਦੇ ਆ ਇਹਨਾਂ ਨੂੰ ਅਸੀਂ ਮੰਗਦੇ ਆ ਵੱਡੀਆਂ-ਵੱਡੀਆਂ ਸਹੂਲਤਾਂ ਇੱਕ ਵਰਗ ਕਹਿੰਦਾ ਕਿ ਸਾਨੂੰ ਆਟਾ ਦਾਲ ਚਾਹ ਤੇ ਖੰਡ ਫ੍ਰੀ ਕਰ ਦਿਓ ਤੇ ਰਾਜਨੀਤਿਕ ਲੋਕ ਕੀ ਕਹਿੰਦੇ ਆ ਕਿ ਅਸੀਂ ਤਾਂ ਤੁਹਾਨੂੰ ਲੂਣ ਤੇਲ ਸਰੋਂ ਦਾ ਤੇਲ ਤੜਕਾ ਲਾਉਣ ਵਾਲਾ ਉਹ ਵੀ ਫ੍ਰੀ ਕਰਦੇ ਆਂਗੇ ਮਸਾਲਾ ਵੀ ਫ੍ਰੀ ਦੇ ਦਾਂਗੇ ਤੁਹਾਨੂੰ ਅਸੀਂ ਹਲਦੀ ਵੀ ਫ੍ਰੀ ਦੇ ਦਾਂਗੇ ਪਰ ਵੋਟ ਸਾਨੂੰ ਪਾਉਣੀ ਹੈ ਦੂਜਾ ਵਰਗ ਫੇਰ ਕੀ ਕਹਿੰਦਾ ਉਹ ਕਹਿੰਦਾ ਸਾਨੂੰ ਵੱਡੀਆਂ-ਵੱਡੀਆਂ ਸਬਸਿਡੀਆਂ ਦੇ ਦਿਓ ਸਾਨੂੰ ਖਾਦ ਤੇ ਸਬਸਿਡੀ ਦੇ ਦਿਓ ਰੇਤ ਤੇ ਸਬਸਿਡੀ ਦੇ ਦਿਓ ਸਾਨੂੰ ਪੈਸਟੀਸਾਈਡ ਤੇ ਸਬਸਿਡੀ ਦੇ ਦਿਓ ਸਾਡੇ ਖੇਤੀ ਦੇ ਸੰਧਾਂ ਤੇ ਸਬਸਿਡੀ ਦੇ ਦਿਓ ਉਹ ਕਹਿੰਦੇ ਆ ਠੀਕ ਐ ਸਾਨੂੰ ਵੋਟ ਚਾਹੀਦੀ ਐ ਦੱਸੋ ਕੀ ਕੁਛ ਚਾਹੀਦਾ ਤੁਹਾਨੂੰ ਉਹ ਛੁੱਟਦੇ ਨੇ ਉਪਰੋਂ ਵੱਡੀਆਂ ਵੱਡੀਆਂ ਬੁਰਕੀਆਂ ਤੇ ਅਸੀਂ ਆਪਸ ਦੇ ਵਿੱਚ ਕੁੱਤਿਆਂ ਵਾਂਗੂ ਲੜਦੇ ਆ ਉਹਨਾਂ ਬੁਰਕੀਆਂ ਨੂੰ ਵੋਚਣ ਵਾਸਤੇ ਜਿਹਨੂੰ ਵੱਡੀ ਬੁਰਕੀ ਮਿਲ ਗਈ ਉਹ ਖੁਸ਼ ਹੋ ਕੇ ਨਾਰੇ ਲਾਉਣ ਲੱਗਦਾ ਤੇ ਛੋਟੀ ਬੁਰਕੀ ਜੀ ਨੂੰ ਮਿਲੀ ਐ ਉਹ ਦਾ ਗਲ ਫੜਨ ਦੀ ਕੋਸ਼ਿਸ਼ ਕਰਦਾ ਇਹ ਅੱਜ ਦੀ ਹਕੀਕਤ ਐ ਤਲਖ ਹਕੀਕਤ ਐ ਪਰ ਕਿੰਨੇ ਲੋਕ ਨੇ ਜੋ ਇਹ ਸੋਚਦੇ ਨੇ ਮੈਂ ਪੜ੍ਹ ਰਿਆ ਸੀ ਕੁਝ ਦਿਨ ਹੋ ਗਏ ਡਾਕਟਰ ਭੀਮਰਾਓ ਵਿਦਕਰਜੀ ਨੇ ਇੱਕ ਥਾਂ ਤੇ ਲਿਖਿਆ ਹੈ ਕਿ ਉਹ ਤੁਹਾਨੂੰ ਮੁਫਤ ਸਹੂਲਤਾਂ ਦੇਣਗੇ ਫ੍ਰੀ ਸਹੂਲਤਾਂ ਦੇਣਗੇ ਪਰ ਕਦੇ ਵੀ ਫ੍ਰੀ এডਿਕੇਸ਼ਨ ਨਹੀਂ ਦੇਣਗੇ ਤੁਹਾਡੇ ਬੱਚਿਆਂ ਨੂੰ ਤੇ ਸਾਡੇ ਚੋਂ ਕਿੰਨੇ ਲੋਕ ਨੇ ਜਿਨ੍ਹਾਂ ਨੇ ਕਦੇ ਇਹ ਮੰਗ ਕੀਤੀ ਹੋਵੇ ਕਿ ਸਾਡੇ ਬੱਚਿਆਂ ਨੂੰ ਫ੍ਰੀ ਤੇ ਮਿਆਰੀ ਸਿੱਖਿਆ ਦੇ ਦਿਓ ਸਾਨੂੰ ਸਹੂਲਤਾਂ ਨਹੀਂ ਚਾਹੀਦੀਆਂ ਕਿੰਨੇ ਇੱਕ ਸਿਆਣੇ ਇਨਸਾਨ ਨੇ ਜਿਨ੍ਹਾਂ ਨੇ ਕਦੇ ਮੰਗ ਕੀਤੀ ਹੋਵੇ ਕਿ ਸਾਡੇ ਹੱਥਾਂ ਨੂੰ ਕੰਮ ਦੇ ਦਿਓ ਸਾਨੂੰ ਸਹੂਲਤਾਂ ਨਹੀਂ ਚਾਹੀਦੀਆਂ ਸਹੂਲਤਾਂਸੀਂ ਆਪੇ ਪੈਦਾ ਕਰ ਲਾਂਗੇ। ਕਿੰਨੇ ਇੱਕ ਅੱਛੇ ਇਨਸਾਨ ਨੇ ਜਿਨ੍ਹਾਂ ਨੇ ਕਦੇ ਮੰਗ ਕੀਤੀ ਹੋਵੇ ਕਿ ਸਾਡੇ ਬੱਚਿਆਂ ਨੂੰ ਚੰਗੀਆਂ ਨੌਕਰੀਆਂ ਦੇ ਦਿਓ ਸਹੂਲਤਾਂਸੀਂ ਆਪੇ ਪੈਦਾ ਕਰ ਲਾਂਗੇ। ਤੇ ਕਿੰਨੇ ਲੋਕ ਨੇ ਜਿਨ੍ਹਾਂ ਨੇ ਕਿਹਾ ਹੋਵੇ ਕਿ ਸਾਡੀਆਂ ਖੇਤੀ ਦੀਆਂ ਜਿੰਸਾਂ ਨੇ ਜਿਹੜਾ ਉਹਨਾਂ ਦਾ ਸਹੀ ਭਾਅ ਦੇ ਦਿਓ ਸਾਨੂੰ ਸਹੀ ਭਾਅ ਚਾਹੀਦਾ ਹੈ। ਸਬਸਿਡੀਆਂ ਦਾ ਸਾਨੂੰ ਲੋੜ ਹੀ ਨਹੀਂ ਹੈਗਾ। ਕਿੰਨੇ ਲੋਕ ਨੇ ਜਿਨ੍ਹਾਂ ਨੇ ਕਿਹਾ ਹੋਵੇ ਕਿ ਬਿਜਲੀ ਸਾਨੂੰ ਮੁਫਤ ਨਹੀਂ ਚਾਹੀਦੀ ਸਾਨੂੰ ਫ੍ਰੀ ਨਹੀਂ ਚਾਹੀਦੀ ਸਾਨੂੰ ਵਾਜਬ ਮੁੱਲ ਤੇ ਦੇ ਦਿਓ ਪੈਸੇ ਅਸੀਂ ਤਾਰਨ ਦੇ ਕਾਬਲ ਹੋ ਜਾਈਏ ਸਾਡੀ ਸਾਡੀ ਮਿਹਨਤ ਦਾ ਮੁੱਲ ਸਾਨੂੰ ਮਿਲ ਜੇ ਸਾਡੀਆਂ ਜਿੰਸਾਂ ਦਾ ਸਹੀ ਰੇਟ ਮਿਲ ਜੇ ਸਹੂਲਤਾ ਤਾਂ ਅਸੀਂ ਆਪ ਪੈਦਾ ਕਰ ਲਾਂਗੇ ਕਿੰਨੇ ਲੋਕ ਨੇ ਬਹੁਤ ਥੋੜੇ ਜਿਹੜੀ ਇਹ ਜਿਹੜੇ ਇਹ ਮੰਗ ਕਰਦੇ ਨੇ ਤੇ ਸ਼ਾਇਦ ਜਿਹੜੇ ਮੰਗ ਨਹੀਂ ਕਰਦੇ ਉਹਨਾਂ ਨੂੰ ਪਤਾ ਨਹੀਂ ਹੋਣਾ ਕਿ ਅਮਰੀਕਾ ਦੇ ਵਿੱਚ ਕਾਲੇ ਜਿਹੜੇ ਕਦੇ ਉੱਥੋਂ ਦੇ ਬਾਦਸ਼ਾਹ ਹੋਇਆ ਕਰਦੇ ਸੀ ਉਹਨਾਂ ਦਾ ਕੀ ਹਾਲ ਕੀਤਾ ਉਹਨਾਂ ਨੇ ਜਦੋਂ ਉਹਨਾਂ ਨੂੰ ਲੜਾਈ ਦੇ ਵਿੱਚ ਨਹੀਂ ਹਰਾ ਸਕੇ ਤੇ ਉਹਨਾਂ ਨੂੰ ਸਹੂਲਤਾਂ ਦੇ ਦੇ ਕੇ ਉਹਨਾਂ ਦੇ ਬੱਚਿਆਂ ਨੂੰ ਨਸ਼ੇ ਦੇ ਦੇ ਕੇ ਉਹਨਾਂ ਨੂੰ ਹਾਰੇ ਹੋਏ ਸਾਬਤ ਕਰਤਾ ਉਹਨਾਂ ਨੂੰ ਬਿਲਕੁਲ ਖੁੰਝੇ ਲਾਤਾ ਜਿਹੜੇ ਇਹ ਨਹੀਂ ਜਾਣਦੇ ਉਹ ਹਾਲ ਪੜ ਲੈਣ ਆਸਟ੍ਰੇਲੀਆ ਦੇ ਉਹਨਾਂ ਅਰੀਜਨਲ ਦਾ ਜਿਹੜੇ ਕਦੇ ਉੱਥੋਂ ਦੇ ਰਾਜੇ ਹੋਇਆ ਕਰਦੇ ਸੀ ਉੱਥੋਂ ਦੇ ਮਾਲਕ ਹੋਇਆ ਕਰਦੇ ਸੀ ਤੇ ਜਿਨ੍ਹਾਂ ਨੂੰ ਇਹ ਸਹੂਲਤਾਂ ਦੇ ਦੇ ਕੇ ਨਸ਼ੇ ਦੇ ਦੇ ਕੇ ਉਹਨਾਂ ਨੇ ਅੱਜ ਇੱਕ ਟਾਪੂ ਤੇ ਸੀਮਤ ਕਰ ਦਿੱਤਾ ਹੈ ਜਿਹੜੇ ਨਹੀਂ ਜਾਣਦੇ ਉਹ ਜ਼ਰੂਰ ਪੜ੍ਹਨਾ ਤੇ ਦੋਸਤੋ ਆਖਰੀ ਗੱਲ ਕਹਿਣ ਤੋਂ ਪਹਿਲਾਂ ਤੁਹਾਨੂੰ ਮੈਂ ਬੇਨਤੀ ਕਰੂੰਗਾ ਕਿ ਮੇਰੇ ਇਸ ਚੈਨਲ ਨੂੰ ਫਾਲੋ ਕਰ ਲਓ ਲਾਈਕ ਕਰ ਲਓ ਤੇ ਸ਼ੇਅਰ ਵੀ ਜ਼ਰੂਰ ਕਰਿਓ ਜਿਹੜੀ ਗੱਲ ਤੁਹਾਨੂੰ ਸਭ ਤੋਂ ਚੰਗੀ ਲੱਗੀ ਉਹਨੂੰ ਮੈਸੇਜ ਦੇ ਵਿੱਚ ਲਿਖਿਓ ਵੀ ਜ਼ਰੂਰ ਤੇ ਆਖਰ ਚ ਇੱਕੋ ਹੀ ਗੱਲ ਕਹੂੰਗਾ ਕਿ ਇਹ ਜਾਂਦੇ ਚੋਰ ਦੀ ਲੰਗੋਟੀ ਹੈ ਜਿਹੜੀ ਜਿਹਨੂੰ ਅਸੀਂ ਆਪਣੀ ਪ੍ਰਾਪਤੀ ਸਮਝ ਰਹੇ ਹਾਂ ਲਾ ਕੇ ਉਹ ਕਦੋਂ ਸਾਡੇ ਗਲੇ ਦਾ ਫਾਹਾ ਬਣ ਕੇ ਕਿਸੇ ਦਰਖਤ ਤੇ ਲਟਕਣ ਲਈ ਸਾਨੂੰ ਮਜਬੂਰ ਕਰ ਦੇ ਕੋਈ ਨਹੀਂ ਜਾਣਦਾ ਤੇ ਇਹ ਸਰਕਾਰ ਤੋਂ ਮਿਲਿਆ ਹੋਇਆ ਮੁਫਤ ਦਾ ਤੇਲ ਕਦੋਂ ਸਾਡੇ ਪੈਰਾ 'ਚ ਤਿਲਕਣ ਬਣ ਕੇ ਡੁੱਲ ਜੇ ਤੇ ਸਾਡੀਆਂ ਲੱਤਾਂ ਬਾਹਾਂ ਟੁੱਟਣ ਦਾ ਕਾਰਨ ਬਣ ਜੇ ਕੋਈ ਨਹੀਂ ਜਾਣਦਾ ਤੇ ਫਿਰ ਆਖਰ ਦੇ ਉੱਤੇ ਇੱਕ ਗੱਲ ਹੋਰ ਵੀ ਕਹਿਣੀ ਚਾਹਾਂਗਾ ਕਿ ਕੈਰਾਂ ਬੁਝਦਲਾਂ ਦੇ ਕੋਲ ਕਦੇ ਵੀ ਰਾਜ ਨਹੀਂ ਰਹਿੰਦੇ ਜਿਸ ਕੌਮ ਨੂੰ ਹੋਵੇ ਸਿਰ ਝੁਕਾ ਕੇ ਚੱਲਣ ਦੀ ਆਦਤ ਉਸ ਕੌਮ ਦੇ ਸਿਰ ਤੇ ਕਦੇ ਵੀ ਤਾਜ ਨਹੀਂ ਰਹਿੰਦੇ ਆਓ ਸਵਾਲ ਕਰਨਾ ਸਿੱਖੀਏ ਆਪਣੇ ਬੱਚਿਆਂ ਲਈ ਸਿੱਖਿਆ ਮੰਗੀਏ ਆਪਣੇ ਲਈ ਕੰਮ ਮੰਗੀਏ ਆਪਣੇ ਬੱਚਿਆਂ ਲਈ ਨੌਕਰੀਆਂ ਮੰਗੀਏ ਸਬਸਿਡੀਆਂ ਨਾ ਮੰਗੀਏ ਆਪਣੀ ਮੁੱਲ ਦਾ ਆਪਣੀ ਮਿਹਨਤ ਦਾ ਮੁੱਲ ਆਪਣੀ ਜਿੰਸ ਦਾ ਸਹੀ ਮੁੱਲ ਮੰਗੀਏ ਤਾਂ ਜਾ ਕੇ ਅਸੀਂ ਇਸ ਦੇ